ਹਾਂਜੀ ਦੋਸਤੋ, ਅੱਜ ਆਪਾਂ ਤੁਹਾਡੇ ਨਾਲ ਥੋੜ੍ਹੀ ਜਿਹੀ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਵੀ ਜੇ ਇਟਲੀ ਦੇ VFS ਸੈਂਟਰ ਤੁਸੀਂ ਪਾਸਪੋਰਟ ਜਮ੍ਹਾਂ ਕਰਾਉਣ ਜਾਣਾ ਆ ਤਾਂ ਪੰਜਾਬ ਤੋਂ ਤੁਸੀਂ ਦਿੱਲੀ ਕਿਸ ਤਰੀਕੇ ਨਾਲ ਜਾ ਸਕਦੇ ਆ। ਕਿਉਂਕਿ 4 ਕੁ ਦਿਨ ਪਹਿਲਾਂ ਮੈਂ ਆਪਣੇ ਇੱਕ ਫਰੈਂਡ ਨਾਲ ਗਿਆ ਸੀ, ਮੈਂ ਇਹ ਵੀਡੀਓ ਬਣਾਈ ਆ ਤਾਂ ਆਪਾਂ ਤੁਹਾਨੂੰ ਥੋੜ੍ਹੀ ਜਿਹੀ ਲੋਕੇਸ਼ਨ ਥੋੜ੍ਹੀ ਜਿਹੀ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ। ਦੇਖੋ ਦੋਸਤੋ, ਇਹ ਜਿਹੜਾ ਏਰੀਆ ਆ ਇਹ ਪੁਰਾਣੀ ਦਿੱਲੀ ਦਾ ਰੇਲਵੇ ਸਟੇਸ਼ਨ ਆ। ਜਲੰਧਰ ਤੋਂ ਜਿਹੜੀ ਆ ਰਾਤ ਨੂੰ ਤਕਰੀਬਨ ਕੋਈ 9 ਵਜੇ ਇੱਕ ਟ੍ਰੇਨ ਜਾਂਦੀ ਆ, ਜੰਮੂ ਮੇਲ ਟ੍ਰੇਨ ਦਾ ਨਾਮ ਆ। ਜੰਮੂ ਮੇਲ ਟ੍ਰੇਨ ਜੇ ਤੁਸੀਂ ਰਾਤ ਨੂੰ ਤੁਰਦੇ ਆ ਤਾਂ ਸਵੇਰੇ ਜਿਹੜੀ ਆ ਮੋਰਨਿੰਗ 5 ਕੁ ਵਜੇ ਉਹ ਪੁਰਾਣੀ ਦਿੱਲੀ ਤੁਹਾਨੂੰ ਉਹ ਲਾਂਦੀ ਆ। ਆ ਸਾਰਾ ਜਿਹੜਾ ਰੇਲਵੇ ਸਟੇਸ਼ਨ ਆ ਇਹ ਪੁਰਾਣੀ ਦਿੱਲੀ ਦਾ ਰੇਲਵੇ ਸਟੇਸ਼ਨ ਆ। ਜੇ ਤੁਸੀਂ ਦੋਸਤੋ ਬੱਸ ਵਿੱਚ ਜਾਣਾ ਤਾਂ ਵੀ ਠੀਕ ਆ, ਨਹੀਂ ਤਾਂ ਜਲੰਧਰੋਂ ਬੱਸ ਸਟੈਂਡ ਤੋਂ ਜਿਹੜੀਆਂ ਸਲੀਪਰ ਬੱਸਾਂ ਆ ਉਹ ਜਾਂਦੀਆਂ ਆ। ਅਸੀਂ ਜਿਹੜੀ ਆ ਬੱਸ ਲੈ ਕੇ ਗਏ ਸੀ, ਬੱਸ ਨੇ ਵੀ ਸਾਨੂੰ ਜਿਹੜਾ ਆ ਇਹ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਕੋਲ ਲਾਤਾ ਸੀ। ਆ ਦੇਖੋ ਤੁਸੀਂ, ਸਾਰਾ ਇਹ ਪੁਰਾਣੀ ਦਿੱਲੀ ਦਾ ਰੇਲਵੇ ਸਟੇਸ਼ਨ ਆ। ਅਤੇ ਦੋਸਤੋ ਬੱਸ ਨੇ ਵੀ ਆ ਵੀ ਦੇਖੋ ਜਿਹੜੀਆਂ ਖੜੀਆਂ ਆ, ਇਹ ਵੀ ਦੋਨੇ ਬੱਸਾਂ ਉਹ ਸਲੀਪਰ ਆ, ਸਾਨੂੰ ਬੱਸ ਨੇ ਥੋੜ੍ਹਾ ਜਿਹਾ ਪਿੱਛੇ ਲਾਤਾ ਸੀ। ਤੁਸੀਂ ਕੀ ਕਰਨਾ ਦੋਸਤੋ, ਤੁਸੀਂ ਰੇਲਵੇ ਸਟੇਸ਼ਨ ਤੋਂ ਉਤਰ ਕੇ ਨਾਲ ਹੀ 2 ਮਿੰਟ ਦੇ ਵਾਕ 'ਤੇ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਆ, ਤੁਸੀਂ ਉਤਰ ਕੇ ਉੱਥੇ ਜਾ ਸਕਦੇ ਆ। ਉੱਥੇ ਜਾ ਕੇ ਆਪਣਾ ਜਿਹੜਾ ਆ ਨਹਾਉਣ ਧੋ ਕਰ ਸਕਦੇ ਆ, ਤੁਸੀਂ ਲੰਗਰ ਛਕ ਸਕਦੇ ਆ, ਚਾਹ ਪਾਣੀ ਪੀ ਸਕਦੇ ਆ। ਉਸ ਤੋਂ ਬਾਅਦ ਤੁਸੀਂ ਥੋੜ੍ਹਾ ਟਾਈਮ ਆਰਾਮ ਕਰਕੇ ਉੱਥੇ ਤਾਂ ਫਿਰ ਤੁਸੀਂ ਜਿਹੜਾ ਆ VFS ਸੈਂਟਰ ਜਾ ਕੇ ਆਪਣਾ ਪਾਸਪੋਰਟ ਜਮ੍ਹਾਂ ਕਰਾ ਸਕਦੇ ਆ। ਅਤੇ ਦੋਸਤੋ ਰੇਲਵੇ ਸਟੇਸ਼ਨ ਤੋਂ ਨਿਕਲਣ ਤੋਂ ਬਾਅਦ ਆ ਮੂਹਰੇ ਇਸ਼ਾਰੇ ਆਉਣੇ ਆ। ਆ ਸਾਰਾ ਜਿਹੜਾ ਏਰੀਆ ਆ ਇਹ ਪੁਰਾਣੀ ਦਿੱਲੀ ਦਾ ਰੇਲਵੇ ਸਟੇਸ਼ਨ ਆ। ਕੋਈ ਆਟੋ ਕਰਨ ਦੀ ਲੋੜ ਨਹੀਂ, ਸਿਰਫ 2 ਮਿੰਟ ਦੇ ਵਾਕ 'ਤੇ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਆ। ਆ ਜਿਹੜੇ ਇਸ਼ਾਰੇ ਆਏ ਆ ਇਹ ਇਸ਼ਾਰਿਆਂ ਤੋਂ ਤੁਸੀਂ ਜਿਹੜਾ ਆ ਰਾਈਟ ਸਾਈਡ ਹੋ ਜਾਣਾ ਆ। ਰਾਈਟ ਸਾਈਡ ਜਦੋਂ ਤੁਸੀਂ ਹੋਣਾ ਆ ਬਿਲਕੁਲ ਸਾਹਮਣੇ ਜਿਹੜਾ ਆ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਆ। ਠੀਕ ਆ, ਚੱਲ ਇੱਧਰ ਨੂੰ ਜਾਣਾ ਬਾਬਾ ਜੀ। ਆ ਲਓ ਵੀ ਆ ਇਸ਼ਾਰਿਆਂ ਤੋਂ ਮਤਲਬ ਇੱਧਰ ਨੂੰ ਚੱਲ ਹੋ ਜਾ ਕੁਛ ਨਹੀਂ। ਅੱਛਾ ਹਾਂ, ਦੇਖੀ ਇੱਦਾਂ ਹੀ ਆ ਇੱਥੇ ਦਿੱਲੀ 'ਚ ਯਾਰ। ਹੋਟਲ ਆ ਮੇਰੇ ਖਿਆਲ ਲਓ ਜੀ, ਅਸੀਂ 1 ਮਿੰਟ ਦੇ ਵਾਕ ਤੋਂ ਬਾਅਦ ਜਿਹੜਾ ਆ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਗਏ ਸੀ। ਤਾਂ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਸਾਹਮਣੇ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਆ। ਤਾਂ ਅਸੀਂ ਇੱਥੇ ਜਾ ਕੇ ਸਭ ਤੋਂ ਪਹਿਲਾਂ ਤਾਂ ਜਲ ਜਿਹੜਾ ਛਕਿਆ, ਜਲ ਛਕਣ ਤੋਂ ਬਾਅਦ ਅਸੀਂ ਜਿਹੜੇ ਬੈਗੇਜ ਆ ਆਪਣੇ ਬੈਗੇਜ ਵੀ ਤੁਸੀਂ ਦੋਸਤੋ ਜੇ ਕੋਈ ਬੈਗ ਸੀ ਅੰਦਰ ਜਿਹੜਾ ਆ ਗਠੜੀ ਘਰ ਬਣਿਆ ਹੋਇਆ ਤਾਂ ਤੁਸੀਂ ਗਠੜੀ ਘਰ ਦੇ ਵਿੱਚ ਜਿਹੜਾ ਆਪਣਾ ਬੈਗ ਜਮ੍ਹਾਂ ਕਰਾ ਸਕਦੇ ਆ। ਕਮਾਲ ਤਾਂ ਹੋਣਾ, ਦੋਸਤੋ ਅਸੀਂ ਮੈਟਰੋ ਲੈ ਕੇ ਗੁਰਦੁਆਰਾ ਸਾਹਿਬ ਦੇ ਨਾਲ ਬਿਲਕੁਲ ਮੈਟਰੋ ਸਟੇਸ਼ਨ ਆ। ਮੈਟਰੋ ਸਟੇਸ਼ਨ ਤੋਂ ਅਸੀਂ ਦੋਸਤੋ ਮੈਟਰੋ ਫੜ ਕੇ ਪਹੁੰਚੇ ਅਸੀਂ ਰਾਜੀਵ ਗਾਂਧੀ ਮੈਟਰੋ ਸਟੇਸ਼ਨ 'ਤੇ।
ਤੁਸੀਂ ਦੋਸਤੋ ਕੀ ਕਰਨਾ ਆ, ਸ਼ੀਸ਼ਗੰਜ ਗੁਰਦੁਆਰਾ ਸਾਹਿਬ ਦੇ ਨਾਲ ਬਿਲਕੁਲ ਜਿਹੜਾ ਆ ਮੈਟਰੋ ਸਟੇਸ਼ਨ ਆ, ਮੈਟਰੋ ਸਟੇਸ਼ਨ ਤੋਂ ਰਾਜੀਵ ਗਾਂਧੀ ਚੌਂਕ ਦੀ ਜਿਹੜੀ ਆ, ਰਾਜੀਵ ਗਾਂਧੀ ਮੈਟਰੋ ਸਟੇਸ਼ਨ ਸੋਰੀ ਦੋਸਤੋ, ਰਾਜੀਵ ਗਾਂਧੀ ਮੈਟਰੋ ਸਟੇਸ਼ਨ ਦੀ ਟਿਕਟ ਲੈ ਲੈਣੀ ਆ। ਟਿਕਟ ਲੈ ਕੇ ਦੋਸਤੋ ਤੁਸੀਂ ਇੱਥੇ ਆ ਜਾਣਾ ਆ। ਤਾਂ ਇੱਥੋਂ ਅੱਗੇ ਆਪਾਂ ਤੁਹਾਨੂੰ ਥੋੜ੍ਹਾ ਜਿਹਾ ਹੁਣ ਹੋਰ ਅੱਗੇ ਦਿਖਾ ਲਾਂਗੇ। ਸਿਰਫ ਇੱਥੋਂ 5 ਮਿੰਟ ਦਾ ਜਿਹੜਾ ਆ ਰਸਤਾ ਆ, ਤੁਸੀਂ ਜਦੋਂ VFS ਦੇ ਸੈਂਟਰ ਤੁਸੀਂ ਪਹੁੰਚ ਜਾਂਦੇ ਆ। ਤੋ ਇਹ ਮੈਟਰੋ ਸਟੇਸ਼ਨ ਆ। ਮੈਟਰੋ ਸਟੇਸ਼ਨ ਤੋਂ ਤੁਸੀਂ ਆ 8 ਨੰਬਰ 7 ਜਾਂ 8 ਤੋਂ 7-8 ਗੇਟ ਤੋਂ ਤੁਸੀਂ ਬਾਹਰ ਆ ਕੇ, ਨਾਲੇ ਜਦੋਂ ਤੁਸੀਂ ਗੇਟ ਤੋਂ ਬਾਹਰ ਆਉਣਾ ਆ ਅਤੇ ਉਸ ਤੋਂ ਬਾਅਦ ਇਹ ਸਾਹਮਣੇ ਤੁਸੀਂ ਇੱਦਾਂ ਇੱਥੋਂ ਬਾਹਰ ਆ ਜਾਣਾ। ਉਸ ਤੋਂ ਬਾਅਦ ਇੱਧਰਲੀ ਸਾਈਡ ਆ ਕੇ ਇਹ ਆਪਣਾ ਸਟੇਸ਼ਨ ਤੋਂ ਬਾਹਰ ਆ ਕੇ ਰਾਈਟ ਸਾਈਡ ਜਾਣਾ। ਰਾਈਟ ਸਾਈਡ ਚਲੋ 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 ਇਹ ਆਪਾਂ ਵੀਡੀਓ ਇੰਨੀ ਕੁ ਤਾਂ ਨਾਲ ਐਡ ਕੀਤੀ ਆ ਵੀ ਬੰਦਾ ਥੋੜ੍ਹਾ ਜਿਹਾ ਲੋਕੇਸ਼ਨ ਦੇਖ ਲੈਂਦਾ, ਥੋੜ੍ਹਾ ਜਿਹਾ ਏਰੀਆ ਦੇਖ ਲੈਂਦਾ ਵੀ ਕਿਸ ਏਰੀਏ ਦੇ ਵਿੱਚ ਹੈਗੀ ਆ। ਤੁਸੀਂ ਆਹ ਦੇਖ ਸਕਦੇ ਆ ਇੱਦਾਂ ਦੀਆਂ ਜਿਹੜੀਆਂ ਉੱਥੇ ਬਿਲਡਿੰਗਾਂ ਸੀਗੀਆਂ, ਕੋਈ ਮਾਰਕੀਟ ਸੀਗੀ ਜਿਹਦੇ ਮੂਹਰੇ ਸ਼ੋਪਾਂ ਛੋਟੀ ਛੋਟੀਆਂ ਸੀ ਅਤੇ ਥੋੜ੍ਹਾ ਜਿਹਾ ਕੋਈ ਹੋਟਲ ਵੀ ਲੱਗਦਾ ਸੀ ਮੈਨੂੰ। ਤਾਂ ਤੁਸੀਂ ਇਹ ਦੇਖ ਸਕਦੇ ਆ ਵੀ ਇਹ ਸਾਹਮਣੇ ਜਿਹੜਾ ਆ ਇੰਦਰਾ ਗਾਂਧੀ ਜਿਹੜੀ ਆ ਇੰਦਰਾ ਚੌਂਕ ਆ, ਸੋਰੀ ਇੰਦਰਾ ਚੌਂਕ। ਇਹ ਇੰਦਰਾ ਚੌਂਕ ਤੋਂ ਵੀ ਦੋਸਤੋ ਤੁਸੀਂ ਸਿੱਧਾ ਅੱਗੇ ਨਿਕਲ ਜਾਣਾ ਆ, ਕਿਤੇ ਰਾਈਟ ਲੈਫਟ ਜਿਹੜਾ ਤੁਸੀਂ ਟਰਨ ਨਹੀਂ ਮਾਰਨਾ, ਸਿੱਧਾ ਤੁਸੀਂ ਸਾਈਡ ਤੋਂ ਹੋ ਕੇ ਇੱਧਰੋਂ ਕ੍ਰੋਸਿੰਗ ਲਈ ਬਣਾਇਆ ਹੋਇਆ, ਤਾਂ ਤੁਸੀਂ ਸਾਈਡ ਤੋਂ ਹੋ ਕੇ ਜਿਹੜਾ ਉਹਨੂੰ ਕ੍ਰੋਸ ਕਰ ਲੈਣਾ। ਅੱਗੇ ਜਾ ਕੇ ਦੋਸਤੋ ਸਿੱਧਾ ਹੀ ਜਾ ਕੇ ਅੱਗੇ ਆਪਾਂ ਤੁਹਾਡੇ ਨਾਲ ਆ ਜਿਹੜੀਆਂ ਬਿਲਡਿੰਗਾਂ ਆ ਇਹ ਤੁਸੀਂ ਦੇਖ ਸਕਦੇ ਆ। ਇਹ ਮੈਂ ਇਸੇ ਕਰਕੇ ਵਿੱਚ ਜਿਹੜੀਆਂ ਆ ਇਹਨਾਂ ਨੂੰ ਜਿਹੜਾ ਐਡ ਕੀਤਾ ਆ ਵੀ ਸਾਡਾ ਕੋਈ ਵੀ ਭਰਾ ਜਿਹੜਾ ਆ ਆਉਂਦਾ ਆ ਵੀ ਥੋੜ੍ਹਾ ਜਿਹਾ ਇਹ ਏਰੀਆ ਦੇਖ ਕੇ ਉਹਨੂੰ ਜਲਦੀ ਥੋੜ੍ਹਾ ਜਿਹਾ ਪਤਾ ਲੱਗ ਜਾਂਦਾ ਵੀ ਮੈਂ ਬਾਕੀ ਜਿਹੜਾ ਆ ਸਹੀ ਏਰੀਏ ਦੇ ਵਿੱਚ ਜਾ ਰਿਹਾ ਹਾਂ। ਤਾਂ ਤੁਸੀਂ ਆਹ ਵੀ ਦੇਖ ਸਕਦੇ ਹੋ, ਆਹ ਵੀ ਕੋਈ ਔਫਿਸ ਸੀਗਾ। ਅਤੇ ਉਸ ਤੋਂ ਬਾਅਦ ਦੋਸਤੋ ਇਹ ਸਾਹਮਣੇ ਜਿਹੜਾ ਆ ਹਨੂੰਮਾਨ ਮੰਦਰ ਆ, ਹਨੂੰਮਾਨ ਮੰਦਰ ਜਿਹੜਾ ਆ ਉਹ ਤੁਸੀਂ ਦੇਖ ਸਕਦੇ ਆ। ਆਹ ਸਾਹਮਣੇ ਜਿਹੜਾ ਆ ਆਹ ਸਾਰਾ ਹੀ ਜਿਹੜਾ ਆ ਇਹ ਹਨੂੰਮਾਨ ਮੰਦਰ ਆ। ਤਾਂ ਹਨੂੰਮਾਨ ਮੰਦਰ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਸਿਰਫ ਮੇਰੇ ਖਿਆਲ ਵੀ 200 ਮੀਟਰ 'ਤੇ ਜਿਹੜਾ ਆ ਉਹ VFS ਸੈਂਟਰ ਆ, ਜਿੱਥੇ ਜਿਹੜਾ ਆ ਤੁਹਾਡੇ ਪਾਸਪੋਰਟ ਆਪਣੇ ਜਿਹੜੇ ਸਾਡੇ ਵੀਰ ਇਟਲੀ ਨੂੰ ਜਾਂਦੇ ਆ ਉਹਨਾਂ ਦੇ ਪਾਸਪੋਰਟ ਜਮ੍ਹਾਂ ਹੁੰਦੇ ਆ। ਆ ਤੁਸੀਂ ਦੇਖ ਸਕਦੇ ਆ ਇੱਥੇ ਹਨੂੰਮਾਨ ਮੰਦਰ ਆ, ਗਣੇਸ਼ ਮੰਦਰ ਆ। ਤਾਂ ਦੋਸਤੋ ਇੱਥੋਂ ਜਾ ਕੇ ਅੱਗੇ ਮੂਹਰੇ ਇੱਕ ਪੰਪ ਆ, ਜਦੋਂ ਹਨੂੰਮਾਨ ਮੰਦਰ ਤੁਸੀਂ ਲੰਘ ਜਾਣਾ ਮੂਹਰੇ ਇੱਕ ਪੰਪ ਆਉਣਾ ਅਤੇ ਪੰਪ ਤੋਂ ਬਿਲਕੁਲ ਸਾਹਮਣੇ ਜਿਹੜੀ ਉਹ ਚਿੱਟੀ ਜਿਹੀ ਬਿਲਡਿੰਗ ਦੇਖਦੀ ਆ, ਉਹਦੇ ਨਾਲ ਜਿਹੜਾ ਆ ਆਪਣਾ VFS ਸੈਂਟਰ ਆ। ਹਨੂੰਮਾਨ ਮੰਦਰ ਤੋਂ ਬਾਅਦ ਮੂਹਰੇ ਲੱਗ ਗਈ ਆ ਅਤੇ ਉਹ ਵੀ ਤੁਹਾਨੂੰ ਹੁਣ ਲੋਕੇਸ਼ਨ ਦਿਖਾਲਦੇ ਹਾਂ।
ਦੇਖੋ ਜੀ, ਉਸ ਤੋਂ ਆਹ ਬਿਲਡਿੰਗ ਤੋਂ ਬਾਅਦ ਆਹ ਪੰਪ ਆ, ਪੈਟਰੋਲ ਪੰਪ ਆ ਇੰਡੀਅਨ ਆਇਲ ਵਾਲਿਆਂ ਦਾ। ਅਤੇ ਪੰਪ ਤੋਂ ਬਾਅਦ ਉਹ ਅੱਗੇ ਦੋਸਤੋ ਆ ਜਿਹੜਾ ਆ ਇਹ VFS ਸੈਂਟਰ ਆ, ਜਿੱਥੇ ਇਟਲੀ ਦਾ ਪਾਸਪੋਰਟ ਜਿਹੜੇ ਸਾਡੇ ਵੀਰਾਂ ਨੇ ਇਟਲੀ ਦੀ ਅਪਾਇੰਟਮੈਂਟ ਲਈ ਉਹ ਆ, ਉਹ ਸਾਰੇ ਸਾਡੇ ਵੀਰ ਇੱਥੇ ਜਾ ਕੇ ਆਪਣੇ ਪਾਸਪੋਰਟ ਜਮ੍ਹਾਂ ਕਰਾਉਂਦੇ ਆ। ਅਤੇ ਦੋਸਤੋ ਇਹ ਜਿਹੜਾ ਏਰੀਆ ਆ ਇਹ VFS ਸੈਂਟਰ ਦਾ ਆ, ਇੱਥੇ ਉਹ ਤਕਰੀਬਨ ਜਿੰਨੀਆਂ ਵੀ ਅੰਬੈਸੀਆਂ ਆ ਸਾਰਿਆਂ ਦਾ ਜਿਹੜਾ ਆ ਆਪਣੇ ਪਾਸਪੋਰਟ ਜਾਂ ਇੰਟਰਵਿਊ ਆ ਜਾਂ ਤੁਸੀਂ ਜਿਹੜਾ ਆ ਆਪਣਾ ਵੀਜ਼ਾ ਲੈਣਾ ਆ ਜਾਂ ਅਪਲਾਈ ਕਰਨਾ ਆ, ਉਹ ਸਾਰਾ ਕੁਛ ਜਿਹੜਾ ਆ ਉਹ ਇਸ ਏਰੀਏ ਦੇ ਵਿੱਚ ਹੀ ਹੁੰਦਾ ਆ। ਆ ਜਿੰਨੇ ਵੀ ਸਾਡੇ ਵੀਰ ਖੜ੍ਹੇ ਆ ਸਾਰੇ ਇਹ, ਕੋਈ ਇਟਲੀ ਦੀ ਅਪਾਇੰਟਮੈਂਟ ਵਾਲਾ ਸੀ, ਕੋਈ ਅਮੈਰੀਕਾ ਵਾਲਾ ਸੀ, ਕੋਈ ਉਹ ਕਿਸੇ ਕੰਟਰੀ ਦਾ ਸੀ, ਪਰ ਜ਼ਿਆਦਾਤਰ ਜਿਹੜੇ ਸੀਗੇ ਉਹ ਇਟਲੀ ਵਾਲੇ ਸੀ। ਇਸ ਕਰਕੇ ਵੀ ਜਿਹੜਾ ਆ ਹਰੇਕ ਦਾ ਟਾਈਮ ਅਲੱਗ ਅਲੱਗ ਆ, ਸਾਡਾ ਜਿਹੜਾ ਕੋਈ ਉਹ ਤਕਰੀਬਨ 12:00 ਦਾ ਟਾਈਮ ਸੀ। ਆਹ ਜਿਹੜੇ LIC ਦੇ ਬੋਰਡ ਲੱਗੇ ਹੋਏ ਦੋਸਤੋ, ਆਹ ਮੋਹਰੇ ਜਿਹੜਾ ਆ ਉਹ ਦਰਵਾਜ਼ਾ ਆ, ਇਹ ਸਾਰਾ ਜਿਹੜਾ ਆ ਇਹ ਏਰੀਆ ਆ ਉਹ VFS